ਤੇ ਬੜੇ ਸਾਰੇ ਵੀਡੀਓ ਵੀ ਬੰਦੇ ਨੇ ਯੂਟਿਊਬ ਤੇ ਨਾ ਕਹਾਂ ਗਈ ਜਿਵਿਦਾ ਸ਼ਰਮਾ ਤੇ ਯਾਰਨ ਮੁੱਲੇ ਫੇਮ ਤੇ ਜਿਹੜਾ ਇਹ ਦਿਲ ਆਸ਼ਿਕਨਾ ਫੇਮ ਉਹ ਤੇ ਆਈ ਥਿੰਕ ਤੁਹਾਨੂੰ ਨਾ ਜਿੱਦਾਂ ਜਿਹੜੇ ਵੀ ਡਾਇਰੈਕਟਰ ਹੈਗੇ ਜੀ ਨੇ ਤੇ ਪ੍ਰੋਡਿਊਸਰ ਹੈ ਨਾ ਉਹਨਾਂ ਨੂੰ ਪੁੱਛਣਾ ਚਾਹੀਦਾ ਤੁਸੀਂ ਜਿਵਿਦਾ ਨੂੰ ਕਿਉਂ ਨਹੀਂ ਲੈਂਦੇ ਹੋ ਆਈ ਡੋਨਟ ਨੋ ਮੈਨੂੰ ਮੈਨੂੰ ਸੀਰੀਅਸਲੀ ਮੈਨੂੰ ਕੁਛ ਨਹੀਂ ਪਤਾ ਮਤਲਬ ਆਈ ਐਮ ਰੀਅਲੀ ਰੀਅਲੀ ਸੀ ਮੇਰਾ ਦ ਓਨਲੀ ਆਈ ਥਿੰਕ ਇੱਕ ਡਰੋਬੈਕ ਹੋ ਸਕਦਾ ਹੈ ਮੈਨੂੰ ਇੱਦਾਂ ਲੱਗਦਾ ਹੈ ਬਿਕੋਜ਼ ਤੁਸੀਂ ਮੈਨੂੰ ਪੁੱਛ ਰਹੇ ਹੋ ਤਾਂ ਤੁਹਾਡੇ ਮਾਧਿਅਮ ਮੈਂ ਬੋਲਣਾ ਚਾਹੁੰਦੀ ਹਾਂ ਆਈ ਐਮ ਅਵੇਲੇਬਲ ਆਈ ਵਾਂਟ ਟੂ ਵਰਕ ਇਨ ਪੰਜਾਬੀ ਸਿਨੇਮਾ ਮੈਨੂੰ ਪਲੀਜ਼ ਢੂੰਡੋ ਤਾਂ ਕਾਲ ਕਰੋ ਅਦਰਵਾਈਜ਼ ਤੁਹਾਨੂੰ ਕਾਲ ਕਰੋ ਇਸ ਟਾਈਮ ਸਾਡੇ ਨਾਲ ਮੌਜੂਦ ਨੇ ਪੰਜਾਬ ਦੀ ਸੋਹਣੀ ਜੀ ਮੁਟਿਆਰ ਜੀਵਿਦਾ ਸ਼ਰਮਾ ਜੀ ਸੋ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਫਸਟ ਆਫ ਆਲ ਤੇ ਕਿੱਦਾਂ ਦਾ ਫੀਲ ਹੋ ਰਿਹਾ ਇੱਥੇ ਆ ਕੇ ਮੈਨੂੰ ਬਹੁਤ ਬਹੁਤ ਵਧੀਆ ਫੀਲ ਹੋ ਰਿਹਾ ਬਿਕੋਜ਼ ਆਫਟਰ ਲੌਂਗ ਟਾਈਮ ਪੰਜਾਬ ਆਈ ਨਾ ਬਿਕੋ ਐਂਡ ਅਤੇ ਤੁਹਾਡੇ ਨਾਲ ਦੀ ਮੁਲਾਕਾਤ ਹੋ ਰਹੀ ਹੈ ਮੇਰੀ ਅਤੇ ਸਾਰੀ ਮੀਡੀਆ ਦੇ ਨਾਲ ਹੋਈ ਐਂਡ ਇਟਸ ਬਿਨ ਈਅਰਸ ਅਤੇ ਪੰਜਾਬ ਤਾਂ ਮੇਰੇ ਰਗੋ ਦੇ ਵਿੱਚ ਹੈਗਾ ਅਤੇ ਮੇਰੇ ਜਿਹੜੇ ਮੇਰੇ ਫਾਦਰ ਸਵਰਗੀ ਮੇਰੇ ਫਾਦਰ ਬਿਕੋਜ਼ ਹੀ ਜਸਟ ਪਾਸਟ ਅਵੇ ਦਿਸ ਈਅਰ ਅਤੇ ਉਹ ਤਾਂ ਹੈ ਹੀ ਅੰਮ੍ਰਿਤਸਰ ਤੋਂ ਬਾਬਾ ਦੀ ਨਗਰੀ ਤੋਂ ਤਾਂ ਆਈ ਐਮ ਰੀਅਲੀ ਰੀਅਲੀ ਹੈਪੀ ਐਂਡ ਰੀਅਲੀ ਫੋਰਚੁਨੇਟ ਕਿ ਮੈਂ ਵਾਪਸ ਪੰਜਾਬ ਦੇ ਲੋਕਾਂ ਦੇ ਨਾਲ ਮਿਲ ਰਹੀ ਹਾਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਸੋ ਆਈ ਐਮ ਰੀਅਲੀ ਹੈਪੀ ਥੈਂਕ ਯੂ ਫੋਰ ਦੈਟ ਮੈਮ ਕਾਫੀ ਟਾਈਮ ਹੋ ਗਿਆ ਤੁਹਾਨੂੰ ਫਿਲਮਾਂ ਦੇ ਵਿੱਚ ਦੇਖਿਆ ਨਹੀਂ ਕਿੱਥੇ ਮਤਲਬ ਤੁਸੀਂ ਗਾਇਬ ਹੀ ਹੋ ਗਏ ਹਾਂ ਇਹ ਸਵਾਲ ਸਭ ਪੁੱਛਦੇ ਨੇ ਕਿੱਥੇ ਗਈ ਸੀ ਤੁਸੀਂ ਕਿੱਥੇ ਸੀ ਅਤੇ ਬੜੇ ਸਾਰੇ ਵੀਡੀਓ ਵੀ ਬੰਦੇ ਨੇ ਯੂਟਿਊਬ 'ਤੇ ਨਾ ਕਹਾਂ ਗਈ ਜਿਵਿਦਾ ਸ਼ਰਮਾ ਅਤੇ ਯਾਰਨ ਮੁੱਲੇ ਫੇਮ ਅਤੇ ਜਿਹੜਾ ਇਹ ਦਿਲ ਆਸ਼ਿਕਨਾ ਫੇਮ ਅਤੇ ਮੈਨੂੰ ਵੀ ਜਿਹੜੇ ਮੇਰੇ ਪੀਅਰ ਗਰੁੱਪ ਹੈਗਾ ਉਹ ਸੈਂਡ ਕਰਦੇ ਨੇ ਤੁਸੀਂ ਦੇਖੋ ਤੁਹਾਡੇ ਨਾਲ ਤੁਹਾਡੇ ਬਾਰੇ ਵੀਡੀਓ ਆਈ ਨੇ ਮੈਂ ਕਿਹਾ ਅੱਛਾ ਵਾਇਰਲ ਵੀਡੀਓ ਅਤੇ ਗੱਲ ਹੈਗੀ ਬਿਕੋਜ਼ ਆਈ ਵਾਜ਼ ਆਲਵੇਜ਼ ਵੈਰੀ ਇਨਕਲਾਈਨ ਟੂਵਰਡਸ ਡੂਇੰਗ ਬਿਜ਼ਨਸ ਲਰਨਿੰਗ ਬਿਜ਼ਨਸ ਆਫ ਦਿਸ ਫਿਲਮ ਮੇਕਿੰਗ ਓਨਲੀ ਅਤੇ ਆਫਟਰ ਯਾਰਨ ਮੁੱਲੇ ਆਈ ਹੈਡ ਅ ਚਾਂਸ ਆਈ ਲਰਨ ਫਿਲਮ ਮੇਕਿੰਗ ਫਰੋਮ ਨਿਊਯਾਰਕ ਫਿਲਮ ਅਕੈਡਮੀ ਵਹਾਂ ਸੇ ਮੈਂ ਆਈ ਲਰਨ ਨਿਊਯਾਰਕ ਫਿਲਮ ਦੈਨ ਆਈ ਲਰਨ ਬਿਜ਼ਨਸ ਆਲਸੋ ਅਤੇ ਮੈਂ ਜੁਆਇਨ ਕੀਤਾ ਫਿਊ ਕਾਰਪੋਰੇਟ ਕੰਪਨੀਜ਼ ਆਈ ਜੁਆਇਨਡ ਆਈ ਵਰਕਡ ਵਿਦ ਫਿਊ ਓ ਟੀ ਟੀ ਪਲੈਟਫਾਰਮਸ 'ਤੇ ਮੈਂ ਕੰਮ ਕੀਤਾ ਡਿਜ਼ਨੀ ਹੋਟਸਟਾਰ ਦੇ ਨਾਲ ਜੀ ਫਾਈ ਦੇ ਨਾਲ ਅਤੇ ਬ੍ਰੋਡਕਾਸਟ ਚੈਨਲ ਜਿਹੜੇ ਹੈਗੇ ਨੇ ਆਪਣੇ ਸਟਾਰ ਸੋਨੀ ਉਹਦੇ ਨਾਲ ਅਤੇ ਬਟ ਜਿਹੜਾ ਐਕਟਰ ਹੈਗਾ ਉਹ ਤਾਂ ਜ਼ਿੰਦਾ ਹੈ ਅੰਦਰ ਆਪਾਂ ਅਤੇ ਆਈ ਰੀਅਲੀ ਵਾਂਟ ਸਮਥਿੰਗ ਗੁੱਡ ਹੈਪਨ ਫੋਰ ਮੀ ਬਟ ਮੈਨੂੰ ਲੱਗਦਾ ਕਿ ਪੰਜਾਬ ਦੇ ਸਿਨੇਮਾ ਦਾ ਪ੍ਰੈਜੈਂਟ ਟਾਈਮ ਜਿਹੜਾ ਹੈਗਾ ਉਹ ਬਹੁਤ ਬਹੁਤ ਵਧੀਆ ਹੈਗਾ ਬਿਕੋਜ਼ ਪੀਪਲ ਆਰ ਰੀਅਲੀ ਐਕਸਪੈਰੀਮੈਂਟਿੰਗ ਵਿਦ ਦ ਸਕ੍ਰਿਪਟਸ ਵਿਦ ਦ ਸਟੋਰੀਜ਼ ਸੋ ਆਈ ਥਿੰਕ ਪੰਜਾਬੀ ਸਿਨੇਮਾ ਦਾ ਪ੍ਰੈਜੈਂਟ ਟਾਈਮ ਬਹੁਤ ਬਹੁਤ ਵਧੀਆ ਹੈਗਾ ਐਂਡ ਆਈ ਹੋਪ ਦੈਟ ਆਈ ਵੁੱਡ ਲਵ ਟੂ ਵਰਕ ਵਿਦ ਪੰਜਾਬੀ ਇਨ ਸਿਨੇਮਾ ਅਗੇਨ ਬਿਕੋਜ਼ ਆਈ ਲਵ ਬਿੰਗ ਇਨ ਪੰਜਾਬ ਮੈਨੂੰ ਪੰਜਾਬ ਬਹੁਤ ਪਸੰਦ ਹੈ ਮੈਨੂੰ ਪੰਜਾਬੀਅਤ 'ਤੇ ਬੜਾ ਗਰਵ ਹੈਗਾ ਤੁਸੀਂ ਵਾਇਰਲ ਵੀਡੀਓ ਦੀ ਗੱਲ ਕੀਤੀ ਤੁਸੀਂ ਆਪੇ ਸੋਚੋ ਕਿ ਆਡੀਅੰਸ ਤੁਹਾਨੂੰ ਕਿੰਨਾ ਜ਼ਿਆਦਾ ਪਿਆਰ ਕਰ ਰਹੇ ਨੇ ਅਤੇ ਉਹਨਾਂ ਨੂੰ ਕਦੋਂ ਮਤਲਬ ਤੁਹਾਡੀ ਐਕਟਿੰਗ ਦੁਬਾਰਾ ਦੇਖਣ ਨੂੰ ਮਿਲੇਗੀ ਪੰਜਾਬੀ ਫਿਲਮਾਂ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਸਪੈਸ਼ਲੀ ਉਹ ਤਾਂ ਆਈ ਥਿੰਕ ਤੁਹਾਨੂੰ ਨਾ ਜਿੱਦਾਂ ਜਿਹੜੇ ਵੀ ਡਾਇਰੈਕਟਰ ਹੈਗੇ ਜੀ ਨੇ ਤਾਂ ਪ੍ਰੋਡਿਊਸਰ ਹੈ ਨਾ ਉਹਨਾਂ ਨੂੰ ਪੁੱਛਣਾ ਚਾਹੀਦਾ ਤੁਸੀਂ ਜਿਵਿਦਾ ਨੂੰ ਕਿਉਂ ਨਹੀਂ ਲੈਂਦੇ ਹੋ ਬਿਕੋਜ਼ ਸ਼ੀ ਇਜ਼ ਵਿਲਿੰਗ ਟੂ ਵਰਕ ਸ਼ੀ ਵਾਂਟਸ ਟੂ ਵਰਕ ਵਿਦ ਯੂ ਬਟ ਆਈ ਡੋਂਟ ਨੋ ਵਟ ਹੈਪਨ ਆਈ ਡੋਂਟ ਨੋ ਜਿਹੜੇ ਡਾਇਰੈਕਟਰ ਹੈਗੇ ਨੇ ਮੇ ਬੀ ਆਈ ਡੋਂਟ ਨੋ ਮੈਨੂੰ ਸੀਰੀਅਸਲੀ ਮੈਨੂੰ ਕੁਛ ਨਹੀਂ ਪਤਾ ਮਤਲਬ ਆਈ ਐਮ ਰੀਅਲੀ ਰੀਅਲੀ ਸੀ ਮੇਰਾ ਦ ਓਨਲੀ ਆਈ ਥਿੰਕ ਇੱਕ ਡਰੋਬੈਕ ਹੋ ਸਕਦਾ ਮੈਨੂੰ ਇੱਦਾਂ ਲੱਗਦਾ ਕਿ ਮੇਰਾ ਕੋਈ ਏਜੰਸੀ ਨਹੀਂ ਹੈਗੀ ਹੈ ਆਈ ਡੋਂਟ ਰੀਪ੍ਰਜੈਂਟ ਮਤਲਬ ਨੋ ਏਜੰਸੀ ਰੀਪ੍ਰਜੈਂਟਸ ਮੀ ਔਰ ਨੋ ਮੈਨੇਜਰਸ ਤਾਂ ਹੁੰਦੇ ਨਹੀਂ ਹੈ ਅਤੇ ਨੋ ਏਜੰਸੀ ਇਜ਼ ਦੇਅਰ ਫੋਰ ਆਰਟਿਸਟ ਮੈਨੇਜਮੈਂਟ ਮੇ ਬੀ ਪੀਪਲ ਨੋਟ ਏਬਲ ਟੂ ਰੀਚ ਆਊਟ ਟੂ ਮੀ ਅਤੇ ਮੈਂ ਆਈ ਥਿੰਕ ਨਾਓ ਆਈ ਕੈਨ ਬਿਕੋਜ਼ ਤੁਸੀਂ ਮੈਨੂੰ ਪੁੱਛ ਰਹੇ ਹੋ ਤਾਂ ਤੁਹਾਡੇ ਮਾਧਿਅਮ ਮੈਂ ਬੋਲਣਾ ਚਾਹੁੰਦੀ ਹਾਂ ਆਈ ਐਮ ਅਵੇਲੇਬਲ ਆਈ ਵਾਂਟ ਟੂ ਵਰਕ ਇਨ ਪੰਜਾਬੀ ਸਿਨੇਮਾ ਮੈਨੂੰ ਪਲੀਜ਼ ਢੂੰਡੋ ਤਾਂ ਕਾਲ ਕਰੋ ਅਦਰਵਾਈਜ਼ ਤੁਹਾਨੂੰ ਕਾਲ ਕਰੋ ਤੁਹਾਡਾ ਨੰਬਰ 'ਤੇ ਕਾਲ ਕਰਕੇ ਤੁਸੀਂ ਮੈਨੂੰ ਕਾਲ ਕਰੋ ਮੈਮ ਅਤੇ ਮੈਮ ਕਿਹਨੂੰ ਕਹਿੰਦੇ ਆ ਜਦੋਂ ਵੀ ਤੁਸੀਂ ਲੋਇਨ ਆਫ ਪੰਜਾਬ 'ਚ ਵੀ ਤੁਸੀਂ ਨਜ਼ਰ ਆਏ ਸੀਗੇ ਅਤੇ ਉਸ ਤੋਂ ਬਾਅਦ ਯਾਰਨ ਮੁੱਲੇ ਦੇ ਵਿੱਚ ਵੀ ਨਜ਼ਰ ਆਏ ਸੀਗੇ ਉਸ ਤੋਂ ਬਾਅਦ ਜਿਹੜੀ ਪੰਜਾਬ ਦੀ ਆਡੀਅੰਸ ਦਾ ਰਿਸਪੋਂਸ ਦੇਖ ਕੇ ਤੁਹਾਨੂੰ ਕਿੱਦਾਂ ਦਾ ਫੀਲ ਹੋਇਆ ਸੀ ਸੀ ਓਬਵੀਅਸਲੀ ਆਫਟਰ ਲਾਇਨ ਆਫ ਇਨਫੈਕਟ ਆਫਟਰ ਮਿੰਨੀ ਪੰਜਾਬ ਮਾਨਸਾ ਦੇ ਨਾਲ ਮੈਂ ਜੋ ਫਿਲਮ ਕੀਤੀ ਸੀ ਮੇਰੀ
फर्स्ट पंजाबी फिल्म सी, उदों बाद ही मैनू बहुत अच्छा रिस्पोंस मिलिया सी बिकॉज ऑफ डेफिनेटली बिकॉज मैं पंजाबी हाँ, तो माई दे वो लव्ड माई वर्क माई एक्टिंग, तो उदों बाद देन लायन ऑफ पंजाब केम एंड आई प्लेड दैट हॉट काइंड ऑफ अ गर्ल एंड इन दैट पंजाब, मेरा पंजाब उस वक्त नहीं सी शॉर्ट्स एंड एवरीथिंग, आई वर्कड इन दैट एंड दिलजीत दा इंट्रोडक्शन फिल्म इंडस्ट्री से विच सी, देन आफ्टर दैट आई डिड यार एंड मोले, ते ऑडियंस लव्ड मी आई नो बिकॉज वीडियो वायरल हो रहे ने, पीपल आर आस्किंग वेर इज शी, वी वॉन्ट टू वॉच हर टिल नाउ, इवन ऑन माई इंस्टा इफ यू लुक एट इट, ਤੁਹਾਡੇ ਕੋਲ ਵੀ ਤੁਸੀਂ ਵੀ ਜਾ ਕੇ ਇੰਸਟਾ 'ਤੇ ਦੇਖ ਚੁੱਕੇ ਹੋ, ਪੀਪਲ ਆਰ ਆਸਕਿੰਗ ਤੁਸੀਂ ਕਿਉਂ ਨਹੀਂ ਆਉਂਦੇ ਹੋ, ਵੇਅਰ ਆਰ ਯੂ, ਤੁਸੀਂ ਪਲੀਜ਼ ਫਿਲਮਾਂ 'ਚ ਵਾਪਸ ਆਓ, ਵੀ ਵਾਂਟ ਟੂ ਵਾਚ ਯੂ, ਪੰਜਾਬੀ ਸਿੰਮੀ ਚਾਹੀਦੀ ਸੀ ਆਪਣਾ, ਅਤੇ ਮਾਹੀ ਆਈ ਪਲੇਡ, ਤੋ ਆਈ ਸੈਡ ਆਈ ਡੋਂਟ ਨੋ ਕੀ, ਆਈ ਡੋਂਟ ਨੋ ਡੈਸਟੀਨੀ 'ਚ ਵਿੱਚ ਕਿਆ ਕੀ ਲਿਖਿਆ, ਮੇ ਬੀ ਆਈ ਐਮ ਨੋਟ ਰੀਚਿੰਗ ਆਊਟ ਟੂ ਪੀਪਲ ਔਰ ਪੀਪਲ ਆਰ ਨੋਟ ਕਮਿੰਗ ਟੂ ਮੀ, ਸੋ ਦੇਰ ਇਜ਼ ਸਮਥਿੰਗ, ਬਟ ਉਹ ਬਾਬਾ ਜੀ ਦੇ ਨਾਲ ਤੁਸੀਂ ਕਰ ਦਿਓ ਬਾਬਾ ਜੀ ਕੁਛ। ਅਤੇ ਮੈਮ ਜਾਂਦੇ ਜਾਂਦੇ ਆਡੀਅੰਸ ਨੂੰ ਕੀ ਮੈਸੇਜ ਦੇਣਾ? ਆਡੀਅੰਸ ਨੂੰ ਮੈਂ ਜੈਨੂਅਲੀ ਬਿਕੋਜ਼ ਮੈਂ ਤੁਹਾਡੇ ਕੁਛ ਕੁਲੀਗਸ ਦੇ ਨਾਲ ਵੀ ਗੱਲ ਕਰ ਰਹੀ ਸੀ ਪਹਿਲਾਂ, ਆਈ ਸੈਡ ਕਿ ਬਿਕੋਜ਼ ਆਫ ਗਲੋਬਲਾਈਜੇਸ਼ਨ ਜਿਹੜਾ ਪੰਜਾਬੀ ਸਿਨੇਮਾ ਹੈ ਉਹ ਲੋਕਾਂ ਦੇ ਵਿੱਚ ਰੀਚ ਕਰ ਰਿਹਾ, ਸੋ ਨਾਓ ਪੰਜਾਬੀ ਲੈਂਗੁਏਜ ਇਜ਼ ਨੋਟ ਅ ਬੈਰੀਅਰ, ਪੀਪਲ ਆਰ ਵੈਰੀ ਈਜ਼ੀਲੀ ਅੰਡਰਸਟੈਂਡਿੰਗ ਪੰਜਾਬੀ ਬਿਕੋਜ਼ ਆਫ ਪੰਜਾਬੀ ਮਿਊਜ਼ਿਕ, ਪੰਜਾ ਇੰਟਰਨੈਸ਼ਨਲੀ ਇੰਨਾ ਵਧੀਆ ਆਪਾਂ ਮਤਲਬ ਪੰਜਾਬੀ ਮਿਊਜ਼ਿਕ ਹੈਗਾ, ਆਈ ਥਿੰਕ ਮੋਰ ਦੈਨ ਹਿੰਦੀ ਮਿਊਜ਼ਿਕ, ਪੀਪਲ ਵਾਂਟਸ ਟੂ ਲਿਸਨ ਟੂ ਪੰਜਾਬੀ ਮਿਊਜ਼ਿਕ, ਆਈ ਨੋ ਲੋਟ ਆਫ ਪੀਪਲ, ਆਈ ਨੋ ਯੰਗਸਟਰਸ, ਆਈ ਨੋ ਬਿਕੋਜ਼ ਆਈ ਐਮ ਵਰਕਿੰਗ ਇਨ ਦਾ ਇੰਡਸਟਰੀ ਬੰਬੇ ਮੇ ਆਲ ਦਾ ਟਾਈਮ, ਪੀਪਲ ਆਰ ਸੇਇੰਗ ਵੀ ਵਾਂਟ ਪੰਜਾਬੀ ਸੌਂਗਸ, ਵੀ ਵਾਂਟ ਟੂ ਵਰਕ ਇਨ ਪੰਜਾਬੀ ਸੌਂਗ, ਵੀ ਵਾਂਟ ਏ ਪੀ ਢਿੱਲੋਂ, ਵੀ ਵਾਂਟ ਮੂਸੇਵਾਲਾ, ਅਤੇ ਵੀ ਵਾਂਟ ਆਪਣੇ ਮਾਸ਼ਾ ਅਲੀ ਜੀ ਐਂਡ ਹਮਾਰੇ ਜਿਹੜੇ ਵੀ ਆਪਣੇ ਆਪਾਂ ਲੈਜੈਂਡ ਸਿੰਗਰ ਹੈਗੇ ਨੇ, ਤੋ ਆਈ ਥਿੰਕ ਬਿਕੋਜ਼ ਆਫ ਦੈਟ now people want to watch Punjabi cinema also, but I think with better stories to tell, and audience should accept that stories also, ki okay we don't want to always watch that pind di kahani, we don't always want that yaran mulle tin munde te tin kudiyan te aur te love story ਪਾਕਿਸਤਾਨ 'ਚ ਅਤੇ ਹਿੰਦੁਸਤਾਨ ਅਤੇ ਗੁਜਰਾਤੀ ਗਰਲ ਜਾਂ ਅਤੇ ਨਹੀਂ ਸਮਥਿੰਗ ਨਿਊ ਸ਼ੁੱਡ ਬਿਕੋਜ਼ you know people want to watch because see language is not a barrier now, people are watching Tamil south films, Pushpa, RRR or PS1 now, so now why should we should also not do it, so I think directors should make good films, good stories and good artists also, they should theek hai, thank you so much sat sri akal, thank you so much.